ਪੁਲਿਸ ਦੀ ਪੰਜਾਬ ਗਵਰਨਮੈਂਟ ਆਫ ਪੰਜਾਬ ਦੀ ਡਰੱਗਸ ਦੇ ਖਿਲਾਫ ਜੇ ਮੁਹਿੰਮ ਹੈਗੀ ਉਹਦੇ ਵਿੱਚ ਇੱਕ ਹੋਰ ਵਧੀਆ ਅਚੀਵਮੈਂਟ ਸਾਨੂੰ ਮਿਲਿਆ ਹੈਗਾ। ਕੱਲ੍ਹ ਇੱਕ ਸੀਕ੍ਰੈਟ ਇਨਫੋਰਮੇਸ਼ਨ ਸਾਡੇ ਕੋਲ ਆਈ ਸੀਗੀ ਕਿ ਕੁਛ ਬੰਦਿਆਂ ਨੇ ਕੁਛ ਦਿਨ ਪਹਿਲਾਂ ਕ੍ਰੋਸ ਬਾਰਡਰ ਤੋਂ ਕੌਂਟਰਾਬੈਂਡ ਮਤਲਬ ਹੈਰੋਇਨ ਸਮਗਲ ਕਰਵਾ ਕੇ ਇੱਕ ਥਾਂ ਰੱਖਿਆ ਹੋਇਆ ਹੈ। ਉਹ ਜੋ ਛੋਟੀ ਜਿਹੀ ਇਨਫੋਰਮੇਸ਼ਨ ਸੀਗੀ ਉਹਦੇ ਵਿੱਚ ਜੇ ਬੰਦੇ ਸੀਗੇ ਬੰਦਿਆਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਪਹਿਲੇ ਉਹਨਾਂ ਦੇ ਖਿਲਾਫ਼ FIR ਰਜਿਸਟਰ ਕੀਤੀ ਗਈ। ਉਸ ਤੋਂ ਬਾਅਦ ਉਹ ਬੰਦਿਆਂ ਨੂੰ ਆਈਡੈਂਟੀਫਾਈ ਕਰਕੇ ਅੱਜ ਸਵੇਰੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਅਰਲੀ ਮਾਰਨਿੰਗ। ਉਹਨਾਂ ਦੀ ਪੁੱਛਗਿੱਛ ਦੇ ਵਿੱਚ ਉਹਨਾਂ ਨੇ ਜੇ ਐਗਜੈਕਟਲੀ ਥਾਂ ਦੱਸੀ ਸੀਗੀ ਉਹ BOP ਡਲ ਹੈਗਾ BSF ਦਾ ਉਹਦੇ ਇੱਕ ਸਪੈਸੀਫਿਕ ਪੱਥਰ ਦੇ ਨਾਲ ਸਟੋਨ ਦੇ ਨਾਲ ਇਹਨਾਂ ਨੇ ਚੀਜ਼ਾਂ ਦਬਾਈ ਹੋਈ ਸੀ। ਉੱਥੇ ਕਰੀਬ 2.5-3 ਘੰਟੇ ਦੀ ਸਰਚ ਤੋਂ ਬਾਅਦ ਦੋ ਬੋਤਲ ਦੇ ਵਿੱਚ ਬੜੀ ਬੋਤਲ ਦੇ ਵਿੱਚ ਸਾਨੂੰ ਜੇ ਕੌਂਟਰਾਬੈਂਡ ਦੀ ਉਮੀਦ ਸੀਗੀ ਉਹ ਕੌਂਟਰਾਬੈਂਡ ਰਿਕਵਰ ਹੋਇਆ ਜਿਹਦਾ ਵੇਟ ਕਰਨ ਤੋਂ 4.6 ਕਰੀਬ 4 ਕਿਲੋ 600 ਗ੍ਰਾਮ ਹੈਰੋਇਨ ਟੋਟਲ ਰਿਕਵਰ ਹੋਇਆ ਹੈ। ਇਹਦੇ ਵਿੱਚ FIR ਨੰਬਰ ਅਸੀਂ ਆਲਰੇਡੀ 62 ਨੰਬਰ ਦਿੱਤੀ ਹੋਈ ਹੈ। ਅਤੇ ਜਦੋਂ ਬੰਦੇ ਹੈਗੇ ਸੁਰਤਾ ਸਿੰਘ ਉਹ ਜਿਸ ਖੇਤ ਦੇ ਵਿੱਚ ਮਿਲਿਆ ਹੈਗਾ ਉਸ ਖੇਤ ਦੇ ਵਿੱਚ ਐਜ਼ ਏ ਮਜ਼ਦੂਰ ਲੇਬਰ ਕੰਮ ਕਰਦਾ ਸੀਗਾ ਅਤੇ ਉਹਨੂੰ ਜੇ ਇਨਫੋਰਮੇਸ਼ਨ ਦਿੱਤੀ ਸੀਗੀ ਉਹ ਕਾਬਲ ਸਿੰਘ ਵੀ ਅਸੀਂ ਡਿਟੇਲ ਕੀਤਾ ਹੈ ਅਤੇ ਦੋਵਾਂ ਦਾ ਪਾਕਿਸਤਾਨ ਕਿਵੇਂ ਕੋਂਟੈਕਟ ਹੋਇਆ ਅਤੇ ਹੋਰ ਵਿੱਚ ਕਿਹੜੇ ਕਿਹੜੇ ਬੰਦੇ ਹੈਗੇ ਉਹਦੇ ਬਾਰੇ ਸਾਡੀ ਪੜਤਾਲ ਹੋਣੇ ਚੱਲ ਰਹੀ ਹੈ। ਟੋਟਲ 4.6 KG ਹੈਰੋਇਨ ਰਿਕਵਰ ਹੋਈ ਹੈ ਅਤੇ ਅਸੀਂ BSF ਦਾ ਬੜਾ ਥੈਂਕਸ ਆਭਾਰ ਵਿਅਕਤ ਕਰਦੇ ਹੈਗੇ ਕਿ ਉਹਨਾਂ ਨੇ ਬੜਾ ਅਰਨੈਸਟਲੀ ਵੈਰੀ ਇੰਪੋਰਟੈਂਟ ਇਮੀਜੀਏਟਲੀ ਜਦੋਂ ਅਸੀਂ ਇਨਫੋਰਮੇਸ਼ਨ ਦਿੱਤੀ ਉਹਨਾਂ ਨੇ ਸਾਡੀ ਟੀਮ ਦੇ ਨਾਲ ਉੱਥੇ ਸਾਰਾ ਏਰੀਆ ਸਰਚ ਕਰਕੇ ਇਹ ਟੋਟਲ ਰਿਕਵਰੀ ਕਰਾਈ ਹੈ। ਇਹਦੇ ਵਿੱਚ ਜੇ ਇਨਫੋਰਮੇਸ਼ਨ ਸੀਗੀ ਇਹ ਇਨਫੋਰਮੇਸ਼ਨ ਸਾਡੇ SP PVI ਐਂਡ DSP ਡੀ ਦੇ ਕੋਲ ਇੱਕ ਆਈ ਸੀਗੀ ਉਹੀ ਇਨਫੋਰਮੇਸ਼ਨ ਨੂੰ ਅਸੀਂ ਜਦੋਂ ਮੈਚੋਰ ਕੀਤਾ ਡਿਵੈਲਪ ਕੀਤਾ ਅਤੇ ਇਹ ਗੱਲ ਸਾਹਮਣੇ ਆਈ ਹੈ। ਅਤੇ ਬਾਕੀ ਸਾਰੀ ਕਾਰਗੁਜ਼ਾਰੀ ਸਾਡੇ DSP ਵਿਕੀ ਵਿੰਡ ਅਤੇ SHO ਖਾਲੜਾ ਦੋਵਾਂ ਨੇ ਮਿਲ ਕੇ ਬੰਦੇ ਸਾਰੇ